ਅਸਲਾਮ ਅਲੈਕੁਮ ਜੀ, ਵੈਲਕਮ ਟੂ ਐਨ ਅਦਰ ਵਲੌਗ ਏ ਬੀ ਬਾਈ। ਹਾਂਜੀ, ਤੁਹਾਡਾ ਬਾਈ ਡੇਢ ਮੰਥ ਬਾਅਦ ਹਾਜ਼ਰ ਹੋ ਗਿਆ, ਸੋ ਵੈਲਕਮ ਹੋ ਗਿਆ ਜਨਾਬ। ਬਸ ਕੁਛ ਮਸਰੂਫੀਅਤ ਸੀ, ਕੁਛ ਵਾਲਦਾ ਦੀ ਤਬੀਅਤ ਖਰਾਬ ਸੀ ਅਤੇ ਉਹਦੀ ਵਜ੍ਹਾ ਤੋਂ ਥੋੜ੍ਹੀ ਜਿਹੀ ਮਸਰੂਫੀਅਤ ਜ਼ਿਆਦਾ ਹੋ ਗਈ ਅਤੇ ਵੀਡੀਓ ਨਹੀਂ ਬਣਾ ਸਕੇ। ਕਾਫੀ ਬਾਈਆਂ ਦੇ ਕਮੈਂਟ ਆਏ ਖੜੇ ਹਨ, ਕਾਫੀ ਦੋਸਤਾਂ ਨੇ ਗੰਦੀਆਂ ਗੰਦੀਆਂ ਗਾਲੀ ਕੱਢੀ ਹਨ ਕਿ ਵੀਡੀਓ ਬਣਾ, ਵੀਡੀਓ ਬਣਾ, ਵੀਡੀਓ ਬਣਾ, ਵੀਡੀਓ ਕਿਉਂ ਨਹੀਂ ਬਣਾ ਰਹੀਆਂ। ਮੈਂ ਕਿਹਾ ਵੀ ਅੱਜ ਕਿਉਂ ਨਾ ਬਾਈਆਂ ਨੂੰ ਦੱਸ ਦੇਵਾਂ ਕਿ ਮੈਨੂੰ ਕੀ ਮਜਬੂਰੀ ਆਈ, ਕਿਉਂ ਵੀਡੀਓ ਨਹੀਂ ਬਣਾ ਸਕਿਆ। ਮਾਜ਼ਰਤ ਹੈ ਜਨਾਬ, ਅਗਾਂਹ ਕੋਈ ਛੁੱਟੀ ਨਹੀਂ ਹੋਵੇਗੀ, ਡੇਲੀ ਵੀਡੀਓ ਆਵੇਗੀ ਜਨਾਬ। ਅਤੇ ਅੱਜ ਦਾ ਮਜ਼ੇਦਾਰ ਵਲੌਗ ਕਰਨੇ ਸ਼ੁਰੂ ਜਨਾਬ। ਹਾਂਜੀ ਸਰਕਾਰ, ਮੈਂ ਅੱਜ ਆਇਆ ਖੜਾ। ਇਹ ਉਹ ਇਦਾਈਆਂ ਹਨ ਜਿਹੜੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਈ ਆਈ ਅਤੇ ਤੁਸਾਂ ਨੇ ਬੜੀਆਂ ਜਿਹੜਾ ਨਾ ਉਹ ਸ਼ਾਬਸ਼ਾਂ ਦਿੱਤੀਆਂ ਹਨ ਕਿ ਕਮਾਲ ਦਾਈਆਂ, ਅਤੇ ਚੈੱਕ ਕਰ ਲਓ ਜੀ, ਦਾਈ ਨਿਸਰਨੇ ਸ਼ੁਰੂ ਹੋ ਗਏ ਹਨ। ਮੈਂ ਕਿਹਾ ਕਿਉਂ ਨਾ ਅੱਜ ਚਲੋ ਪਹਿਲੇ ਜਾ ਕੇ ਇਫਤਤਾਹ ਇਹਨਾਂ ਦਾਈਆਂ ਤੋਂ ਹੀ ਕਰਾਂ ਵੀਡੀਓ ਦਾ, ਠੀਕ ਹੈ ਬਈ। ਥੋੜ੍ਹਾ ਜਿਹਾ ਇਹ ਗੰਦ ਹੋ ਗਿਆ, ਲੇਕਿਨ ਗੰਦ ਆ ਇਹ ਕੋਈ ਦਰਿਆਈ ਗੰਦ ਹੈ। ਇਹਨੂੰ ਸਪਰੇਅ ਕਾਫੀ ਜ਼ਿਆਦਾ ਕਰਵਾਇਆ, ਲੇਕਿਨ ਗੰਦ ਨਹੀਂ ਹਟਿਆ। ਮੈਂ ਆਖਿਆ ਵੀ ਆਪਾਂ ਕੀ ਕਰਨਾ, ਆਪਾਂ ਨੂੰ ਚਾਹੀਦੇ ਮਿਹਨਤ ਆਈ ਗੰਦ ਹੈ। ਆਪਾਂ ਪਾਣੀ ਹੈ ਦੂਈ ਮਸ਼ੀਨ, ਅਤੇ ਮਸ਼ੀਨ ਇੱਕ ਸਾਈਡ ਤੋਂ ਸਾਰੇ ਗੰਦ ਘੜਦੇ ਜਾਵੇਗੀ। ਚੈੱਕ ਕਰ ਲਓ ਜੀ ਵੀਵਰ, ਕਮਾਲ ਵਰਾਇਟੀ ਹੈ। ਇਹ ਮੈਂ ਤੁਹਾਨੂੰ ਅੱਗੇ ਵੀ ਕਹੀ ਸੀ, ਤਕਰੀਬਨ ਮੈਂ ਨਾ ਵੀ 123 ਤੋਂ ਇਹ ਜ਼ਿਆਦਾ ਅੱਛੀ ਵਰਾਇਟੀ ਹੈ, ਲੇਕਿਨ ਇਹ ਹੁਣ ਜਦੋਂ ਇਹ ਵਜ਼ਨ ਹੋਇਆ, ਵਜ਼ਨ ਦੇ ਹਿਸਾਬ ਨਾਲ ਪਤਾ ਲੱਗ ਸੀ ਵੀ ਇਹ ਕਿਹੋ ਜਿਹੀ ਵਰਾਇਟੀ ਹੈ ਜਨਾਬ। ਕਿਉਂਕਿ 123 ਕਾਫੀ ਬੰਦਿਆਂ ਨੇ ਗੱਡਿਆ, ਲੇਕਿਨ ਉਹ ਕੱਦ ਲਓ ਤਾਂ ਬਿਲਕੁਲ ਇਹਨਾਂ ਨਾਲ ਥੋੜ੍ਹਾ ਹੈ, ਇਹਨਾਂ ਦਾ ਕੱਦ ਜ਼ਿਆਦਾ ਹੈ ਜਨਾਬ। ਇਹ ਚੈੱਕ ਕਰ ਲਓ ਜੀ, ਇੱਥੇ ਬਿਲਕੁਲ ਓਕੇ ਹਨ ਜਨਾਬ। ਮੈਂ ਕਿ ਆਪਣੇ ਵਿਵਰਾਂ ਨੂੰ ਅੱਜ ਚੱਲ ਇਹਨਾਂ ਦਾਈਆਂ ਦੀ ਖੂਬਸੂਰਤੀ ਦਿਖਾਵਾਂ, ਸੂਰਤ ਹਾਲ ਸਾਰੀ ਚੈੱਕ ਕਰਵਾਵਾਂ ਸਰਕਾਰ। ਜਿਵੇਂ ਜਿਵੇਂ ਕੈਮਰਾ ਜਾਵੇਗਾ ਨਜ਼ਦੀਕ ਹੁੰਦੇ ਜਾਣਗੇ। ਚੈੱਕ ਕਰ ਲਓ ਜੀ, ਇਹਨੂੰ ਹੁਣ ਜਨਾਬ ਆਪਾਂ ਇੱਥੇ ਕਰਵਾਉਣਾ ਹੈ ਇੱਕ ਸਪਰੇ ਜਿਹਾ ਦਾਣੇਦਾਰ। ਸਪਰੇ ਤੋਂ ਮੁਰਾਦ ਇਹ ਹੈ ਕਿ ਇਹਨੂੰ ਥੱਲੋਂ ਟੋਕਾ ਨਾ ਪਵੇ, ਬੱਗਾ ਸਿੱਟਾ ਨਾ ਆਵੇ, ਉਹਦੀ ਵਜ੍ਹਾ ਤੋਂ ਆਪਾਂ ਕਰਵਾਉਣਾ ਸਪਰੇ। ਜਾਂ ਸਪਰੇ ਕਰਵਾ ਲਓ ਜਾਂ ਦਾਣੇਦਾਰ ਕਰਵਾ ਲਓ। ਉਸ ਤੋਂ ਬਾਅਦ ਜਦੋਂ ਦਾਈ ਪੱਕ ਜਾਣੇ ਉਦੋਂ ਆਪਾਂ ਇੱਕ ਸਪਰੇ ਕਰਵਾਉਣਾ, ਚਿਤਰੀ ਵਾਲਾ ਜਾਂ ਜਿਹਦੇ ਨਾਲ ਸ਼ੈਨਿੰਗ ਆਉਂਦੀ ਹੈ, ਦਾਈਆਂ ਅਤੇ ਦਾਈ ਚਮਕਦੇ ਹਨ, ਖੂਬਸੂਰਤ ਨਜ਼ਰ ਆਉਂਦੇ ਹਨ। ਬਸ ਇਸ ਟਾਈਮ ਆਪਾਂ ਨੂੰ ਜਾਂ ਇੱਕ ਸਪਰੇ ਅਤੇ ਇੱਕ ਦਾਣੇਦਾਰ ਜਾਂ ਦੋ ਸਪਰੇਆਂ ਦੀ ਲੋੜ ਹੈ ਕਿ ਇਹਨੂੰ ਟੋਕਾ ਨਾ ਪਵੇ, ਬੱਗਾ ਸਿੱਟਾ ਨਾ ਆਏ ਜਨਾਬ। ਚੈੱਕ ਕਰ ਲਓ ਜੀ ਖੂਬਸੂਰਤੀ ਦਾਈਆਂ ਦੀ, ਇਹ ਜਨਾਬ 141 ਹੈ, 123 ਨਹੀਂ ਹੈ ਸਰਕਾਰ। ਅਤੇ ਬਗੈਰ ਖਾਦੋ ਖੁਰਾਕ, ਮਤਲਬ ਉਸ ਤਰੀਕੇ ਨਾਲ ਕੋਈ ਖਾਦ ਨਹੀਂ ਪਈ ਜਿਵੇਂ ਬੰਦਾ ਤਕੜੇ ਬੰਦੇ ਪਾਉਂਦੇ ਹਨ, ਜਿਵੇਂ ਮਤਲਬ ਕਿ ਵੱਡੇ ਜ਼ਿਮੀਂਦਾਰ ਪਾਉਂਦੇ ਹਨ ਦੋ ਦੋ ਬੋਰੀਆਂ, ਤਿੰਨ ਤਿੰਨ ਬੋਰੀਆਂ। ਮਤਲਬ ਇਹ ਇੱਕ ਬੋਰੀ ਦਾ ਕਮਾਲ ਹੈ, ਇੱਕ DAP, ਤਿੰਨ ਯੂਰੀਆ, ਫਿਰ ਪੋਟਾਸ਼, ਉਸ ਤੋਂ ਬਾਅਦ ਇੱਕ ਦੋ ਚੀਜ਼ਾਂ ਹੋਰ ਹਨ ਜਿਹਨਾਂ ਸਪਰੇ ਇੱਕ ਦੋ ਕਰਵਾਏ ਹਨ, ਅਤੇ ਲੇਕਿਨ ਸਪਰੇ ਨਾਲ ਕੋਈ ਫਰਕ ਨਹੀਂ ਪਿਆ। ਲੇਕਿਨ ਜਿਹੜੀ ਪੋਟਾਸ਼ ਹੈ ਉਹ ਮੈਂ ਸਪਰੇ ਨਾਲ ਕੀਤੀ, ਮਤਲਬ ਨਾ ਫਲੱਡ ਫਲੁੱਡ ਪੋਟਾਸ਼ ਦਾ ਕੋਈ ਨਹੀਂ ਕੀਤਾ, ਸਪਰੇ ਦੇ ਵਿੱਚ ਰਲਾ ਕੇ ਅਤੇ ਉਹ ਸਪਰੇ ਦੇ ਨਾਲ ਕੀਤੀ। ਕਿਉਂਕਿ ਦਾਈ ਜੁਲਸਾਓ ਪੈ ਗਿਆ, ਜੁਲਸਾਓ ਦੀ ਵਜ੍ਹਾ ਨਾਲ ਥੋੜ੍ਹਾ ਜਿਹਾ ਮੈਂ ਡਰ ਗਿਆ, ਸੋ ਮੈਂ ਕਿਹਾ ਵੀ ਜੁਲਸਾਓ ਦੀ ਵਜ੍ਹਾ ਨਾਲ ਸਪਰੇ ਜ਼ਰੂਰੀ ਹੈ। ਅਤੇ ਇਹਨੂੰ ਫਿਲਹਾਲ ਮੈਂ ਗੰਦ ਦਾ ਸਪਰੇ ਕੋਈ ਨਹੀਂ ਕੀਤਾ ਸੀ, ਕਿਉਂਕਿ ਇਹ ਜਿਹੜਾ ਗੰਦ ਹੈ ਸਪਰੇ ਨਾਲ ਨਹੀਂ ਮਰਦਾ, ਇਹ ਪਹਾੜੀ ਜਿਵੇਂ ਆਉਂਦੇ ਨਾ ਪਹਾੜੀ ਗੰਦ ਹੈ ਜਨਾਬ। ਇਹ ਪਤਾ ਨਹੀਂ ਇਸ ਗੰਦ ਦਾ ਨਾਂ ਦਾ ਹੀ ਮੈਨੂੰ ਕੋਈ ਨਹੀਂ ਪਤਾ ਵੀ ਇਹ ਕੀ ਹਿਸਾਬ ਹੈ, ਲੇਕਿਨ ਇਹ ਜਨਾਬ ਆਪਾਂ ਜਿਤਨੀ ਮਰਜ਼ੀ ਮਿਹਨਤ ਕਰ ਲਈਏ ਇਹ ਜਨਾਬ ਸੜਦਾ ਨਹੀਂ ਹੈ, ਠੀਕ ਹੋ ਗਿਆ। ਮੈਂ ਕਿਹਾ ਕਿਉਂ ਨਾ ਇਹ ਵੀਵਰਾਂ ਨੂੰ ਛੋਟੀ ਜਿਹੀ ਵੀਡੀਓ ਬਣਾ ਕੇ, ਛੋਟੀ ਜਿਹੀ ਜਿਹੜਾ ਨਾ ਇਨਫੋਰਮੇਸ਼ਨ ਦੇ ਲਈਏ ਕਿ ਦਾਈ ਆਪਣੇ ਨਿਸਰ ਗਏ ਹਨ ਜਨਾਬ। ਅਤੇ ਇਹਨੂੰ ਇਸ ਟਾਈਮ ਜਦੋਂ ਨਿਸਰਦੇ ਹਨ ਪਾਣੀ ਵਿੱਚ ਜ਼ਰੂਰ ਹੋਣਾ ਚਾਹੀਦਾ, ਜਿਵੇਂ ਕਿ ਇਹ ਪਾਣੀ ਖੜ੍ਹਾ ਹੈ ਥੱਲੇ, ਚੈੱਕ ਕਰ ਲਓ ਜੀ। ਅਤੇ ਕੱਦ ਲੋ ਕਾਫੀ ਬਿਹਤਰ ਹਨ, ਕੱਦ ਵੀ ਬਹੁਤ ਜਿਹੜਾ ਨਾ ਉਹ ਆਉਂਦੇ ਨੇ ਬਈ ਪੂਰਾ ਹੀ ਆ, ਨਾ ਜ਼ਿਆਦਾ ਨਾ ਥੋੜ੍ਹਾ ਹੈ ਜਨਾਬ। ਅਤੇ ਇਹ ਆਪਣੀ ਰੋਤ ਵਾਲੀ ਜਗ੍ਹਾ 'ਤੇ ਗੱਡੇ ਆਉਣੇ, ਅਜੇ ਥੋੜ੍ਹੇ ਲੇਟ ਹਨ, ਤਕਰੀਬਨ 15-14 ਦਿਨ ਜਾਂ ਇਹ ਤਕਰੀਬਨ ਆਹ ਸਾਈਡਾਂ ਤੋਂ ਤਾਂ ਵੀ ਨਿਸਰੇ ਖੜ੍ਹੇ, ਲੇਕਿਨ ਇਹਨਾਂ ਦਾ ਉਸ ਹਿਸਾਬ ਨਾਲ ਕੱਦ ਨਹੀਂ ਹੈ ਜਨਾਬ। ਇਹ ਚੈੱਕ ਕਰ ਲਓ ਜੀ, ਇਹਦੇ ਜੀ 123 ਵੀ ਹੈ, ਇਹਦੇ ਵਿੱਚ ਦੋ ਤਿੰਨ ਵਰਾਇਟੀਆਂ ਕਿਉਂਕਿ ਸਾਡੇ ਕੋਲ ਖਤਮ ਹੋ ਗਈ ਹੈ ਜੀ ਪਨੀਰੀ, ਉਹਦੀ ਵਜ੍ਹਾ ਨਾਲ ਥੋੜ੍ਹਾ ਜਿਹਾ ਨਾ
ਵੀ ਰਲ ਗਿਆ ਨਹੀਂ ਜਾਣਾ ਅਤੇ ਮਾਸ਼ਾਅੱਲਾ ਕਰ ਤਾਂ ਕਹੀਏ ਕਿ ਆਪਣੇ ਤਾਈਂ ਕਾਫੀ ਅੱਛੇ ਨਿਸਰੇ ਅਤੇ ਇਹਨਾਂ ਦੀ ਹੁਣ ਜਿਤਨੀ ਖਿਦਮਤ ਹੋ ਸਕੇ ਉਤਨੀ ਥੋੜ੍ਹੀ ਜਿਹਾ ਇਹਨਾਂ ਨੂੰ ਸਪਰੇਅ ਕਰਵਾਵਾਂਗੇ ਤੁਹਾਨੂੰ ਦੱਸਾਂਗਾ ਵੀ ਖਾਵਾਂਗਾ ਵੀ ਸਪਰੇਅ ਕਰਵਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਇੱਕ ਹੀ ਸਪਰੇਅ ਹੋਵੇਗਾ ਅਗਰ ਕਲਰ ਠੀਕ ਹੋਵੇਗਾ ਤਾਂ ਫਿਰ ਠੀਕ ਹੋਣਗੇ ਅਗਰ ਕਲਰ ਖਰਾਬ ਹੋਵੇਗਾ ਤਾਂ ਫਿਰ ਖਰਾਬ ਹੋਣਗੇ ਜਨਾਬ ਕਿਉਂਕਿ ਕਲਰ ਤਾਂ ਮੁੱਕਣੀ ਹੈ ਐਂਡ ਤਾਂ ਜਿਹੜਾ ਰੇਟ ਹੁੰਦਾ ਵਪਾਰੀ ਨੇ ਉਹ ਜਨਾਬ ਕਲਰ ਤਾਂ ਹੀ ਦੇਣਾ ਜਿਤਨਾ ਜ਼ਿਆਦਾ ਕਲਰ ਹੋਵੇਗਾ ਉਤਨੇ ਜ਼ਿਆਦਾ ਚੈੱਕ ਕਰ ਲਓ ਜੀ ਇਹ ਜਿਹੜਾ 123 ਹੈ ਜਨਾਬ ਲੰਮਾ ਚਾਵਲ ਨਹੀਂ ਹੁੰਦਾ ਹੈ ਬਿਲਕੁਲ ਮਦਰਾ ਜੀ ਚਾਵਲ ਹੁੰਦਾ ਇਹ ਸਾਰਾ ਜਿਹੜਾ ਜੋ ਵੀ ਹਾਈਬ੍ਰਿਡ ਦੀ ਵਰਾਇਟੀ ਹੈ ਨਾ ਜਨਾਬ ਇਹ ਸਾਰੀਆਂ ਵਰਾਇਟੀਆਂ ਜਨਾਬ ਇੰਡੀਆ ਤੋਂ ਆਈਆਂ ਹੋਈਆਂ ਇੰਡੀਆ ਦਾਈਆਂ ਦੇ ਹਿਸਾਬ ਨਾਲ ਟੈਕਨੋਲੋਜੀ ਦੇ ਹਿਸਾਬ ਨਾਲ ਜੋ ਵੀ ਸ਼ੋਭਾ ਪਾਕਿਸਤਾਨ ਤੋਂ ਕਾਫੀ ਜ਼ਿਆਦਾ ਆ ਗਿਆ ਜਨਾਬ ਉਹਦੀ ਵਜ੍ਹਾ ਇਹ ਹੈ ਕਿ ਉਹਦੇ ਹਕੂਮਤ ਕੰਮ ਬਹੁਤ ਜ਼ਿਆਦਾ ਕਰ ਰਹੀ ਹੈ ਹਕੂਮਤ ਤਵੱਜੋ ਦਿੰਦੀ ਆਪਣੇ ਲਈ ਜਨਾਬ ਕੋਈ ਤਵੱਜੋ ਨਹੀਂ ਕੋਈ ਕੋਈ ਨਹੀਂ ਅਤੇ ਬਾਕੀ ਜਨਾਬ ਮਦਰਤ ਹੋ ਗਈ ਤੁਹਾਨੂੰ ਬਾਈਆਂ ਨੇ ਵੀਡੀਓ ਨੂੰ ਬੜੇ ਪਿਆਰ ਕੀਤੇ ਹਨ ਅਤੇ ਕਾਫੀ ਅੱਛੇ ਰਿਸਪੋਂਸ ਆਉਣੇ ਸ਼ੁਰੂ ਹੋ ਗਏ ਹਨ ਸਬਸਕ੍ਰਾਈਬਰ ਵਧਣੇ ਸ਼ੁਰੂ ਹੋ ਗਏ ਹਨ ਗਲਤੀ ਇਹ ਹੋਈ ਹੈ ਕਿ ਮੇਰੇ ਕੋਲ ਟਾਈਮ ਨਹੀਂ ਮਿਲਿਆ ਗਿਆ ਤੁਹਾਨੂੰ ਪਤਾ ਜਦੋਂ ਘਰ ਦੇ ਵਿੱਚ ਕੋਈ ਪਰੇਸ਼ਾਨੀ ਆ ਜਾਵੇ ਫਿਰ ਕਿਹਨੂੰ ਦਿਲ ਕਰਦਾ ਵੀਡੀਓ ਬਣਾਉਣ ਵਾਸਤੇ ਆਪਾਂ ਉਹ ਬੰਦੇ ਨਹੀਂ ਹੈ ਆਪਾਂ ਹੈ ਫੁੱਲ ਦੇਸੀ ਮੋਲ ਵਾਲੇ ਬੰਦੇ ਜੋ ਕੋਈ ਟੈਨਸ਼ਨ ਹੋਵੇ ਆਪਾਂ ਦਿਲ ਤਾਂ ਲੈ ਕੇ ਬਹਿ ਰਹੇ ਹਾਂ ਬਸ ਉਹ ਹੀ ਗੱਲ ਹੈ ਵੀਡੀਓ ਬਣਾਉਣ ਵਾਸਤੇ ਦਿਲ ਹੀ ਨਹੀਂ ਕੀਤਾ ਵਰਨਾ ਜਿਹੜੇ ਵਲੌਗਰ ਹਨ ਉਹ ਤਾਂ ਕੋਈ ਮਰਿਆ ਵੀ ਪਿਆ ਹੋਵੇ ਤਾਂ ਉਹ ਨਾਲ ਵਲੌਗ ਬਣਾਉਂਦੇ ਪਏ ਹੁੰਦੇ ਲੇਕਿਨ ਆਪਾਂ ਉਹ ਜੇ ਝਟਕੇ ਜੇ ਬੰਦੇ ਹੈ ਆਪਾਂ ਨਿੱਕੀ ਜਿਹੀ ਗੱਲ ਹੋ ਜਾਵੇ ਤਾਂ ਦਿਲ ਤਾਂ ਲੈ ਕੇ ਬਹਿ ਰਹੇ ਹਾਂ ਬਸ ਉਸ ਵਜ੍ਹਾ ਤੋਂ ਵਲੌਗ ਨਹੀਂ ਬਣਾ ਸਕਿਆ ਵਾਲਦਾ ਬਿਮਾਰ ਆਈ ਅਤੇ ਉਹ ਪਰੇਸ਼ਾਨੀ ਬਹੁਤ ਜ਼ਿਆਦਾ ਆਈ ਬਾਕੀ ਮਦਰਤ ਹੋ ਗਈ ਜਨਾਬ ਅਤੇ ਬਾਕੀ ਲਵ ਯੂ ਹੋ ਗਿਆ ਆਪਣੇ ਬਾਈ ਨੂੰ ਦਿਓ ਇਜਾਜ਼ਤ ਹੁਣ ਇਨਸ਼ਾਅੱਲਾ ਤੁਹਾਨੂੰ ਡੇਲੀ ਰੂਟੀਨ ਨਾਲ ਆਪਣੇ ਦਾਈ ਵੀ ਖਾਂਦਾ ਰਹਾਂਗਾ ਹੁਣ ਉਸਦੇ ਪਲਾਟ ਚੱਲਾਂਗੇ ਕੱਲ੍ਹ ਇਨਸ਼ਾਅੱਲਾ ਕੱਲ੍ਹ ਬੁਲਾਵਾਂਗੇ ਭਾਈ ਫੈਸਲ ਜਮਾਲ ਬੋਦਲੇ ਨੂੰ ਉਹਦੇ ਕੋਲ ਇੰਟਰਵਿਊ ਲਵਾਂਗੇ ਪਿੱਛਾ ਦੱਸਾਂਗੇ ਅਤੇ ਵਿਖਾਵਾਂਗੇ ਵੀ ਦਾਈ ਜਿਨ੍ਹਾਂ ਨੇ ਆਪਾਂ ਨੂੰ ਪਿੱਛਾ ਪਨੀਰੀ ਕੱਢੀ ਹੈ ਅਤੇ ਸਾਰਾ ਕੁਝ ਦੱਸਿਆ ਪਿਛਲੀ ਵੀਡੀਓ ਤੁਹਾਨੂੰ ਤੁਸੀਂ ਦੇਖੀ ਹੋਣੀ ਹੈ ਉਹਨਾਂ ਬਾਈਆਂ ਨੂੰ ਬੁਲਾਵਾਂਗੇ ਸਪੈਸ਼ਲੀ ਤੌਰ 'ਤੇ ਵੱਲੇ ਇਨਵਾਈਟ ਕਰਾਂਗੇ ਅਤੇ ਵੱਲੇ ਵਾਲੀ ਵੀਡੀਓ ਤੁਹਾਨੂੰ ਉਹਨਾਂ ਦਾ ਵਿਖਾਵਾਂਗੇ ਬਾਕੀ ਲਵ ਯੂ ਹੋ ਗਿਆ ਅੱਲਾ ਨੇ ਕਹਾਨ ਨਿਰਾਸ਼ ਨਹੀਂ ਹੋਣਾ ਪਰੇਸ਼ਾਨੀ ਨਾ ਲਈ ਕਰੋ ਤੁਸੀਂ ਨਾ ਪਰੇਸ਼ਾਨੀ ਲਈ ਕਰੋ ਵੀਡੀਓ ਹੁਣ ਡੇਲੀ ਬੇਸ 'ਤੇ ਆਉਣ ਗਈਆਂ ਕੋਈ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਬਾਕੀ ਲਵ ਯੂ ਹੋ ਗਿਆ ਅੱਲਾ